घटना पंजाब के बटाला से कुछ दूरी पर नेहरू गेट से सामने आई है, जहां मोपेड स्कूटी को लेकर दो अज्ञात नौजवानों की तरफ से फायरिंग कर दी जाती है। उनकी तरफ से 3 से 4 राउंड फायर किए जाते हैं और ये दोनों नौजवान फायरिंग करने के बाद एक दूसरे की एक्टिवा लेकर फरार हो जाते हैं। हालांकि शुक्र की बात ये रही कि इस फायरिंग में किसी को भी कोई जानी नुकसान नहीं हुआ। तो वही सीसीटीवी की जांच कर रही पुलिस ने दोनों नौजवानों पर केस दर्ज कर उनकी जांच शुरू कर दी है। ਵਿਜੇ ਮਲਹੋਤਰਾ ਵਿਜੇ ਜੀ ਕੀ ਗੱਲ ਹੋਈ ਸਾਰੀ ਕੀ ਗੱਲ ਸਰ ਮੈਂ ਤਾਂ ਇੱਥੋਂ ਲੰਘਦਾ ਪਿਆ ਸੀਗਾ ਇੱਥੇ ਨਾ ਦੋ ਮੁੰਡੇ ਖੜੇ ਪਏ ਸੀਗੇ ਅਤੇ ਆਪਾਂ ਜਦੋਂ ਲੰਘਦੇ ਪਏ ਨਾ ਤਾਂ ਉਹ ਗੋਲੀ ਫਾਇਰਿੰਗ ਉਹਨਾਂ ਨੇ ਸਟਾਰਟ ਕਰਤੀ ਸੀਗੀ ਦੋ ਬੰਦਿਆਂ ਅਤੇ ਉਸ ਤੋਂ ਬਾਅਦ ਉਹਨਾਂ ਨੇ ਗੋਲੀ ਫਾਇਰਿੰਗ ਸਟਾਰਟ ਕਰਤੀ ਅਤੇ ਉਹਨਾਂ ਨੇ ਸਕੂਟੀ ਜਿਹੜੀ ਸੀਗੀ ਨਾ ਸਕੂਟੀ ਲੈ ਕੇ ਭੱਜ ਗਏ ਸੀਗੇ ਉਹ ਬੰਦੇ ਉਹਨਾਂ ਦੀ ਮੂੰਹ ਬੱਧੇ ਪਏ ਸੀਗੇ ਸਾਰੇ ਉਹਨਾਂ ਦੇ ਪਹਿਚਾਣ 'ਚ ਹੈਗਾ ਕੋਈ ਲਾਗੇ ਦਾ ਕੋਈ ਰੰਜਿਸ਼ ਕੋਈ ਇਹਨਾਂ ਦੀ ਨਹੀਂ ਅਣਪਛਾਤੇ ਸਾਰੇ ਬੰਦੇ ਚਲਾਈ ਕਿਹਦੇ ਉੱਤੇ ਗੋਲੀ ਕਿਹਦੇ ਉੱਤੇ ਚਲਾਈ ਚਲਾਈ ਉਹਨਾਂ ਨੇ ਉਹਦੇ 'ਤੇ ਬਾਰਕ ਲੈਣ ਚੱਲੀ ਅੱਜ ਬਟਾਲੇ ਚੱਲੀ ਚੈਰੀਟੇਬਲ ਹਸਪੀਟਲ ਦੇ ਬਾਅਦ ਕਿਸ ਤਰ੍ਹਾਂ ਰਹਿੰਦੀ ਘਟਨਾ ਹਜੇ ਆਏ ਜੀ ਠੀਕ ਹੈ ਜੀ ਮੌਕੇ 'ਤੇ ਐਸਟੀ ਸਾਹਿਬ ਜਾ ਆਇਆ ਮੈਂ ਵੀ ਮੌਕੇ 'ਚ ਆਇਆ ਜੋ ਦੀਖ ਰਹੇ ਨਹੀਂ ਕਰਦਾ ਮਾਮਲਾ ਦੱਸ ਦਿਓ ਮਾਮਲਾ ਹੈ ਕੀ ਅਜੇ ਵੈਰੀਫਾਈ ਨਹੀਂ ਕਰਨਾ ਜੀ ਸ਼ੁਰੂ ਹੋਏ ਬੈਠੇ ਜੀ ਕੀ ਹੋਇਆ ਕੀ ਨਹੀਂ ਅਜੇ ਕਲੀਅਰ ਨਹੀਂ ਗੋਲੀ ਵਾਈਫਾਇਰ ਹੋਇਆ ਜੀ 3-4 ਠੀਕ ਹੈ ਜੀ ਦੱਸ ਨਹੀਂ ਵੈਰੀਫਾਈ ਨਹੀਂ ਮਾਮਲਾ ਸਕੂਟੀ ਦਾ ਜੀ ਕਿ ਕਿਤੋਂ ਸਕੂਟੀ ਖੋ ਕੇ ਖੜੀ ਗਈ ਹੈ ਸੀਸੀਟੀਵੀ ਆਈ ਸੀ ਅਜੇ ਸੀਸੀਟੀਵੀ ਕੈਮਰੇ ਚੈੱਕ ਹੋਉਂਦੇ ਵੇਖਣਦੇ ਜੋ ਵੀ ਹੋਊ ਆਪਾਂ ਤੁਹਾਨੂੰ ਦੱਸਾਂਗੇ ਡਿਟੇਲ ਖੋਲ ਬਰਾਮਦ ਹੋਈ ਕੋਈ ਹਾਂਜੀ ਮੇਰੇ ਕੋਲ ਦੋ ਕਿ ਤਿੰਨ ਦੋ ਹੋਰ ਦੋ ਖੋਲ ਬਰਾਮਦ ਹੋਏ ਜੀ ਸਰ ਕਿੰਨੇ ਵਿਅਕਤੀ ਜਿਨ੍ਹਾਂ ਵੱਲੋਂ ਹਾਂਜੀ ਕਿੰਨੇ ਵਿਅਕਤੀ ਜਿਨ੍ਹਾਂ ਵੱਲੋਂ ਵਿਆਹ ਪੁਲਿਸ ਲਈ ਗਈ ਕਿੰਨੇ ਵਿਅਕਤੀਆਂ ਨੇ ਕਿ ਹਾਂਜੀ ਅਸੀਂ ਨਿਰਬੋਟ 4 ਕਿ ਇੱਕ ਮੈਨੂੰ ਫੋਨ ਆਇਆ ਸੀ ਜੀ ਗੋਲੀ ਚੱਲੀ ਐਸ ਐਚ ਸਾਹਿਬ ਦਾ ਫੋਨ ਆ ਗਿਆ ਜੀ ਅਸੀਂ ਸਾਰੇ ਮੌਕੇ 'ਤੇ ਪਹੁੰਚ ਗਏ ਥਾਣੇ ਦੇ ਬਿਲਕੁਲ 100 ਮੀਟਰ ਦੀ ਦੂਰੀ 'ਤੇ ਹਾਂਜੀ ਦੱਸੋ ਕਿਸ ਤਰ੍ਹਾਂ ਵੇਖਦੇ ਘਟਨਾ ਗਲਤੀ ਗੱਲ ਇਹ ਜਿਹੜੇ ਹੈ ਜੇ ਗੋਲੀ ਚਲਾਈ ਹੈ ਫੜਾਂਗੇ ਉਹਨਾਂ ਨੂੰ ਅਸੀਂ ਜੀ ਅੱਗੇ ਜਿਵੇਂ ਕਿ ਹੁੰਦਾ ਇੰਸੀਡੈਂਟ ਹੁੰਦਾ ਕੇਸ ਕਰਦੇ ਹਾਂ ਜੀ ਠੀਕ ऐसी सभी और खबरों के लिए लाइक कीजिए हमारा फेसबुक का ये पेज और यूट्यूब पर सब्सक्राइब कीजिए हमारा पेज और देखते रहिए पंजाब केसरी।